Hello and welcome to Home Abroad. Let's take a look at the top stories first. US Enterprises नाम दी कंपनी ने विदेश से नाम से लगभग 3000 लोगों को ठगिया। कैनेडा बेस्ड एक एनआरआई ने लुधियाना की एक कुड़ी नाल ब्याह करवा उस नाल कीता फ्रॉड। न्यूयॉर्क बेस्ड सिक्स फॉर जस्टिस ने भाई दलजीत सिंह बिट्टू और कुलबीर सिंह बड़ा पिंड की रिहाई लई आवाज की बुलंद। एक मुलाकात पिंड उगी जलंधर तो कैनेडा गए कबड्डी प्रमोटर कमलजीत सिंह कंग दे नाल। पिछले कई सालों तो चलते आ रहे इमीग्रेशन रैकेट से विक्टिम्स की गिनती हर रोज बढ़ती ही जा रही है अते एना कंपनीज के अगेंस्ट रजिस्टर्ड केसेस भी एंड द लेटेस्ट हैज बीन अगेंस्ट न्यू दिल्ली बेस्ड कंपनी यूएस एंटरप्राइजेस। पंजाबियों की विदेश जाने की चाहत के कारण ही हर रोज कई नौजवान फ्रॉड ट्रैवल एजेंट्स का शिकार हो रहे हैं। रिसेंटली दिल्ली की एक ट्रैवल एजेंसी यूएसए एंटरप्राइजेस से लगभग 3000 लोगों को विदेश भेजने के नाम से धोखा करने का दोष लगा। हाल ही में यूएस एंटरप्राइजेस के अगेंस्ट लुधियाना में कई लोगों ने मिलकर केस रजिस्टर किया। लुधियाना के इस पुलिस स्टेशन के बाहर ही साड़ी मुलाकात इस कंपनी वालों ठगे गए लोगों नाल हुई जिन्होंने अपनी अपनी कहानियां साड़े नाल शेयर कीतियां। ਜੋਰਡਨ ਬਾਰੇ ਕਿਹਾ ਸੀ ਜੀ ਸਾਨੂੰ ਜੋਰਡਨ ਦਾ ਲਿਬੀਆ ਦਾ ਸਾਰੇ ਮੁਲਕ ਸੀਗੇ ਸਾਥੋਂ ਪੈਸੇ ਭਰਾ ਲਏ ਆ ਸਾਨੂੰ ਕੋਈ ਸਾਡੇ ਆਉਂਦੇ ਨੂੰ ਫਰਾਰ ਹੋ ਗਏ ਆ ਮੈਂ ਇਹਨਾਂ ਨੂੰ 50,000 ਰੁਪਇਆ ਜੋਰਡਨ ਦੇ ਦਿੱਤਾ ਅਤੇ ਇਹ ਨੇ ਸਾਨੂੰ ਕਹਿੰਦੇ ਤੁਹਾਨੂੰ 3 ਮਹੀਨੇ ਦੇ ਵਿੱਚ ਅਸੀਂ ਉੱਥੇ ਭੇਜ ਦੇਵਾਂਗੇ ਬਾਅਦ ਵਿੱਚ ਇਹਨਾਂ ਨੇ ਸਾਨੂੰ 20-6-12 ਦੇ ਵਿੱਚ ਇਹਨਾਂ ਨੂੰ ਆਲਰੇਡੀ ਪੇਮੈਂਟ ਅਸੀਂ ਚੈੱਕ ਥਰੂ ਅਤੇ ਕੈਸ਼ ਪੇਮੈਂਟ ਇਹਨਾਂ ਨੂੰ ਕਰ ਦਿੱਤੀ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਲਦੀ ਆਓ ਤੁਹਾਨੂੰ ਦਿੱਲੀ ਭੇਜਣਾ ਦਿੱਲੀ ਜਾਓ ਦਿੱਲੀ ਤੋਂ ਬਾਅਦ ਵਿੱਚ ਇਹਨਾਂ ਨੇ ਸਾਨੂੰ ਬੰਬੇ ਭੇਜਤਾ ਬੰਬੇ ਵੀ ਜਾ ਕੇ ਅਸੀਂ ਆਪਣੇ ਕੋਲੋਂ ਖਰਚਾ ਕਰਦੇ ਰਹੇ ਸਾਡੀ ਕਿਸੇ ਨੇ ਕੋਈ ਨਹੀਂ ਸੁਣੀ ਇੱਥੇ ਇੱਕ ਮਨਾਕਸੀ ਇੱਕ ਮੈਡੀਕਲ ਸੈਂਟਰ ਹੈ ਮੈਂ ਕਹਿੰਦਾ ਉਹਨਾਂ ਨੂੰ ਅਸੀਂ ਪੈਸੇ ਦਿੱਤੇ 3,500 ਰੁਪਈਆ ਉਹਨਾਂ ਨੇ ਵੀ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਸਾਨੂੰ ਇੱਥੋਂ ਬੰਬੇ ਤੋਰ ਤਾਂ 4-5 ਜਣੇ ਅਸੀਂ ਇਕੱਠੇ ਗਏ ਸੀ ਉੱਥੇ ਜਾ ਕੇ ਅਸੀਂ ਇੱਕ ਰਾਤ ਹੀ ਰਹੇ ਹਾਂ ਕਿਉਂਕਿ ਉੱਥੇ ਜਿਹੜੇ ਬੰਦੇ ਸਾਡੇ ਤੋਂ ਪਹਿਲਾਂ ਗਏ ਸੀ ਉਹਨਾਂ ਨੇ ਇਹਨਾਂ ਨੂੰ ਹੋਟਲ ਤੋਂ ਬਾਹਰ ਕੱਢਤਾ ਇਹਨਾਂ ਨੇ ਪੇਮੈਂਟ ਨਹੀਂ ਕੀਤੀ ਉੱਥੇ ਹੋਟਲ ਵਾਲਿਆਂ ਨੂੰ सिंगापुर जाने किसी की कोई सुनवाई नहीं हो रही ना थाने वाले सुन रहे ने ना कोई होर प्रशासन सुन मैं माछवाड़े तो आया जी इतने अखबार पेपर च लाया लीबिया वास्ते और कंट्रियां वास्ते जानी इतों भेज रहे बंदे ਏਜੰਟਾਂ ਤਾਂ ਲੀਬੀਆ ਵਾਸਤੇ 25,000 ਰੁਪਈਆ ਨਕਦ ਕੈਸ਼ ਇਹਨਾਂ ਨੂੰ ਦੇ ਕੇ ਰਸੀਦ ਇਹਨਾਂ ਨੇ ਮੈਨੂੰ ਦੇਤੀ ਹੈ ਉਹ ਤੋਂ ਬਾਅਦ ਕਹਿੰਦੇ 2-2.5 ਮਹੀਨੇ ਬਾਅਦ ਤੁਹਾਡਾ ਵੀਜ਼ਾ ਆ ਜਾਏਗਾ ਅਤੇ ਮੈਨੂੰ ਇਹਨਾਂ ਨੇ ਫੋਨ ਕੀਤਾ ਫੋਨ 'ਤੇ ਕਨੈਕਟ ਕਰਕੇ ਕਿ ਤੁਹਾਡਾ ਵੀਜ਼ਾ ਆ ਗਿਆ ਹੈ ਤਾਂ ਮੈਨੂੰ ਇੱਥੋਂ ਦਿੱਲੀ ਭੇਜਤਾ ਐਡਰੈਸ ਲਿਖ ਕੇ 107 ਨੰਬਰ 'ਤੇ ਕਹਿੰਦਾ ਉੱਥੇ ਜਾਓ ਉੱਥੋਂ ਉਹਨਾਂ ਨੇ ਜੀ ਮੈਨੂੰ ਦੇਤਾ ਬੰਬੇ ਦਾ ਐਡਰੈਸ ਬੰਬੇ ਹੋਟਲ ਦੇ ਵਿੱਚ ਉੱਥੇ ਅਸੀਂ ਰਹੇ ਜਾ ਕੇ ਉੱਥੇ ਕਾਫੀ ਅਸੀਂ 10-12 ਦਿਨ ਅਸੀਂ ਉੱਥੇ ਰਹੇ ਹਾਂ ਹੋਟਲ 'ਚ ਅਤੇ ਉੱਥੇ ਸਾਨੂੰ ਕਹਿੰਦੇ ਰਹੇ ਬਸ ਤੁਹਾਡੀ ਫਲੈਟ ਕੱਲ੍ਹ ਨੂੰ ਆ ਜਾਊਗੀ ਜੀ ਪਰਸੋਂ ਨੂੰ ਹੋ ਜਾਊਗੀ ਜੀ ਚੌਥੇ ਨੂੰ ਹੋ ਜਾਊਗੀ ਜੀ ਬਸ ਇਸ ਤਰ੍ਹਾਂ ਸਾਨੂੰ ਲਾਰੇ ਲਾ ਕੇ ਰੱਖਿਆ ਉਹ ਤੋਂ ਬਾਅਦ ਜੀ ਬੰਦੇ ਨੇ ਹੋਟਲ ਵਾਲੇ ਨੇ ਸਾਨੂੰ ਤੰਗ ਹੋ ਕੇ ਸਾਨੂੰ ਮਜ਼ਬੂਰ ਹੋ ਕੇ ਕੱਢ ਦਿੱਤਾ ਉੱਥੋਂ ਉਹ ਕਹਿੰਦੇ ਵੀ ਜਾਓ ਭਾਈ ਆਪਣੇ ਘਰਾਂ ਨੂੰ ਜਾਓ ਇੱਥੇ ਕੋਈ ਨਹੀਂ ਹੈਗਾ ਸਾਡੇ ਕੋਲ ਜਾਂ ਸਾਨੂੰ ਕਿਰਾਏ ਦਿਓ ਜਾਂ ਕਰੋ ਇਸ ਕਰਕੇ ਅਸੀਂ ਖੱਜਲ ਖਰਾਬ ਹੋ ਕੇ ਫਿਰ ਉੱਥੇ ਆਪਾਂ ਦਿੱਲੀ ਪਹੁੰਚੇ ਦਫ਼ਤਰ ਉੱਥੇ ਜਿਹਨੇ ਕਾਫੀ ਪੁਲਿਸ ਨੂੰ ਵੀ ਦੱਸਿਆ ਅਸੀਂ ਆ ਕੇ ਫਿਰ ਡੀਸੀ ਸਾਹਿਬ ਕੋਲ ਵੀ ਬੰਦੇ ਕਾਫੀ ਪੇਸ਼ ਹੋਏ ਆ ਅਤੇ ਉਹ ਕਹਿੰਦੇ ਸੀ ਵੀ ਜਿਹੜਾ ਅਕਾਊਂਟ ਨੰਬਰ ਜਿਹੜਾ ਹੈਗਾ ਉਹ ਉਹਨਾਂ ਦਾ ਸੀਲ ਕਰ ਦਿੱਤਾ ਹੈ ਅਤੇ ਉਹ ਅਸੀਂ ਤੁਹਾਡੇ ਪੈਸੇ ਜਿੰਨੇ ਹੈਗੇ ਅਸੀਂ ਵਾਪਸ ਕਰਾਵਾਂਗੇ ਅਤੇ ਹਾਲੇ ਤੱਕ ਸਾਡੀ ਕਿਸੇ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ ਨਾ ਕੋਈ ਸੁਣਾਈ ਹੋਈ ਯੂਐਸ ਐਂਟਰਪ੍ਰਾਈਜ਼ਸ ਨੇ ਆਪਣੇ ਆਫਿਸਿਸ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਨਿਊ ਦਿੱਲੀ ਵਿੱਚ ਖੋਲੇ ਹੋਏ ਸਨ ਤੇ ਲੋਕਾਂ ਨੂੰ ਠੱਗਣ ਲਈ ਉਹਨਾਂ ਨੇ ਨਿਊਜ਼ਪੇਪਰਸ ਅਤੇ ਟੀਵੀ ਚੈਨਲਸ ਤੇ ਆਪਣੇ ਐਡਵਰਟਾਈਜ਼ਮੈਂਟਸ ਦਿੱਤੇ ਤੇ ਇਹਨਾਂ ਐਡਵਰਟਾਈਜ਼ਮੈਂਟਸ ਦੇ ਜ਼ਰੀਏ ਹੀ ਯੂਐਸ ਐਂਟਰਪ੍ਰਾਈਜ਼ਸ ਕਈ ਲੋਕਾਂ ਨੂੰ ਠੱਗਣ ਵਿੱਚ ਕਾਮਯਾਬ ਹੋਈ ਯੂਐਸ ਐਂਟਰਪ੍ਰਾਈਜ਼ਸ ਪਿਛਲੇ 1.5 ਸਾਲ ਤੋਂ ਆਪਰੇਸ਼ਨਲ ਹੈ ਦੱਸਿਆ ਜਾ ਰਿਹਾ ਹੈ ਕਿ ਐਕਿਊਜ਼ ਨਰੇਸ਼ ਕੁਮਾਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜਿਹੜੇ ਕਿ ਲੋਕਾਂ ਨੂੰ ਜਾਰਡਨ ਲੀਬੀਆ ਦੁਬਈ ਜਾਣ ਦਾ ਦੇ ਬਾਰੇ ਦੱਸਦੀ ਸੀ ਉਹਨਾਂ ਲੋਕਾਂ ਤੋਂ 25,000 ਤੋਂ ਲੈ ਕੇ 75,000 ਰੁਪਏ ਵਸੂਲਦੀ ਸੀ ਪਰ ਇਹ ਲੋਕਾਂ ਨਾਲ ਉਦੋਂ ਪਤਾ ਲੱਗਿਆ ਜਦੋਂ ਵੀ ਇਹ ਤਾਲਾ ਲਾ ਕੇ ਚੱਲ ਗਏ ਲੋਕ ਸਾਡੇ ਕੋਲ 25 ਤੋਂ 30 ਲੋਕ 40 ਲੋਕ ਸਾਡੇ ਕੋਲ ਆਏ ਸਾਨੂੰ ਜਿਨ੍ਹਾਂ ਨੇ ਦੱਸਿਆ ਵੀ ਸਾਡੇ ਨਾਲ ਇਸ ਤਰ੍ਹਾਂ ਦੀ ਠੱਗੀ ਵੱਜ ਗਈ ਉਹਨਾਂ ਦੇ ਖਿਲਾਫ਼ ਅਸੀਂ ਮੁਕੱਦਮਾ ਨੰਬਰ 115 420 120 ਮਿਸਟਰ ਨਰੇਸ਼ ਕੁਮਾਰ ਸੁਲੇਖਾ ਆਦਿ ਦੇ ਖਿਲਾਫ਼ ਦਿੱਤਾ ਅਤੇ ਤਫਤੀਸ਼ ਇਹਦੀ ਜਾਰੀ ਹੈ ਦੋਸ਼ੀਆਂ ਨੂੰ ਅਸੀਂ ਜਲਦੀ ਫੜ ਲਵਾਂਗੇ।
इस कंपनी विच काम करने वाले तीन मैनेजर्स भी फरार ने। Notably, the case has been registered by Protector of Emigrants, Chandigarh. हुन ए सब लोग अपने हर दिन दी शुरुआत कर देने अपनी मेहनत दे पैसे वापस मिलन दी आस विच। लुधियाना तो कैमरा पर्सन जसबीर बराड़ अते गौरव वालिया दे नाल जसलीन कौर, डीएन नाइट न्यूज़। अक्सर पंजाब दे लोग अपनियां तियां दे सुनहरी भविख लई उन्हां दा लड़ एनआरआई लाड़ियां दे हथ फड़ा दिंदे ने, पर की इह सच है कि एनआरआई मुंडियां नाल व्याह करवा के ओह खुश रह पांदियां ने? हैज अ रिपोर्ट। लुधियाना दे पिंड खंडूर दी जसबीर कौर दा व्याह 2009 विच जलंधर दे कैनेडा बेस्ड एनआरआई नाल होया सी अते व्याह तो बाद उस नूं अपने नाल कैनेडा लै के जाण दा वादा कीता सी। मेरा रिश्ता साडे पिंड दे लंबर दा जगतार सिंह ने बिच होके करवाया सी, ते इधरों चौंकी मंद लेडी सी करमजीत कौर ते इन्हां ने भी बिच होके करवाया सी, ते बाहरों इकबाल सिंह रूपा जी नूं कहिंदे आ ते उन्हां ने मुंडा भेजिया सी, ते सानूं पूरा विश्वास हुआ सी कि जो भी कुछ होवेगा भी ठीक ठाक होवेगा, ते पक्का व्याह सी साडा। इस व्याह लई मुंडे वालिया ने जसबीर कौर दे घर वालिया कोलों 26 लाख रुपए की मांग की सी, जिस नूं जसबीर कौर दे मापिया ने बिना शर्त मान लिया अते 5 लाख रुपए व्याह तो पहला अते बाकी दे 21 लाख रुपए व्याह तो बाद अपने रिश्तेदारा कोलो इकट्ठे करके उन्हां नूं दे दिते। पर हुण जदों 4 साल बीतन ते वी मुंडे वालिया वल्लों जसबीर कौर नूं कैनेडा नहीं बुलाया गया तां जसबीर कौर दे मापिया ने अपनी जमीन वेच के लोकां दा कर्जा उतारिया। ते ओह मैनूं लारा लाउंदे रहे, तेरी फाइल लगी हुई है, ते 8-9 महीने जदों कुछ ना बणे मैं वेट करदी रही, ते उस तों बाद जदों उन्हां ने कॉन्टैक्ट कीता ते उन्हां ने मैनूं दस्सिया तेरी फाइल लगी है, पर फिर भी कुछ ना बने, जन्म दे विच पता लग गया, तां फिर मैं उन्हां ने मैनूं दस्सिया तेरी फाइल नहीं लगी, तेरी फाइल इधर मेरे को इंडिया वापस ही आ गई। आखिर इंसाफ पाउण लई जसबीर कौर ने पुलिस दे उच्च अधिकारियों कोल पहुंच कीती है अते पुलिस ने इस मामले विच दोषियों खिलाफ कार्रवाई करने की गल कही। जो लोग इस तरह की मैरिजेस करा रहे हैं और इनका कोई रजिस्टर्ड और कोई लाइसेंस्ड मतलब कारोबार नहीं है इसके अंदर, उन लोगों को हम डेफिनेटली पकड़ेंगे और उनके बारे में हम जानकारी करके जो भी हर मुमकिन लीगल कार्रवाई होगी वो करेंगे। एनआरआई लाड़े वालों धोखा करन दा ये मामला कोई नवा नहीं है, अजे मामले आए दिन सामने आते रहते हैं, पर सवाल यह है कि पंजाब दी तियां इस तरह ही एनआरआई लाड़िया के धोखे का शिकार होंदिया रहनगियां। लोड़ है अजिहे धोखेबाज एनआरआई लाड़िया अते उन्हां विचोलियां ते शिकंजा कसण दी जो इहोजिही घिनौनी हरकत विच उन्हां दा साथ दिंदे ने। लुधियाना तो गौरव वालिया दे नाल इंद्रजीत कौर, डे एंड नाइट न्यूज़। एंड इन अमृतसर कस्टम ऑफिशियल स्नैप्ड 1 एनआरआई एलिजिबली कैरिंग 3 किलोग्राम ऑफ हेरोइन। अमृतसर दे गुरु रामदास हवाई अड्डे तो टोरंटो लई जेट एयरवेज जरिए रवाना होने वाले एक प्रवासी भारती नूं 3 किलो हेरोइन सने काबू किया गया। बरामद की गई हेरोइन की कौमांतरी बाजार विच कीमत 15 करोड़ रुपए दसी जा रही है। कस्टम विभाग के अधिकारियों मुताबिक गुप्त सूचना के आधार से यह कार्रवाई करदे छापेमारी की गई तो उन्होंने बंगा के गुंचोर पिंड के रहने वाले 22 साल सरबजीत सिंह नाम के प्रवासी भारती नूं हेरोइन सने गिरफ्तार किया। इज अ कैनेडियन नेशनल बट बेसिकली ही बिलोंग्स टू गुनोचूर नियर बंगा इन नवाशहर डिस्ट्रिक्ट। ही हैज बीन गिवन दिस कंट्राबैंड समवेयर इन बंगा। Where from it has originated, we are interrogating him. He got it in Banga in a car, 2 suitcases. Then he put his clothes inside it. He knew that there is some heroin or some contraband in it because he had been promised some money in Canada. मुडली पुछगिछ दौरान सरबजीत ने दसिया कि ये हेरोइन बंगा नेड़ले कुछ तस्करा ने दिती सी अते किसे व्यक्ति नूं कैनेडा विच पहुंचाउणी सी। अमृतसर तो कैमरामैन सिकंदर अते राजन गुसाई दे नाल इंद्रजीत कौर, डे एंड नाइट न्यूज़। एंड फॉर द फैमिली ऑफ सिपाही जसपाल सिंह द न्यूज़ इज टू गुड टू बी ट्रू। 1971 इंडो पाक वॉर दौरान युद्धबंदी सिपाही जसपाल सिंह अजे भी जिंदा है अते ओमान दी एक जेल विच बंद है। उन्नीस सौ 71 की भारत पाकिस्तान लड़ाई का जंगी कैदी सिपाही जसपाल सिंह अजे भी जिंदा है। वह पाकिस्तान च नहीं सगों ओमान के मसीरा टापू से बनी जेल में बंद है। इस खुलासे के नाल एक्स सर्विसमैन ग्रीवेंस सैल के प्रेजिडेंट कर्नल एस एस सोही ने सेना मुखी जनरल बिक्रम सिंह अते पंजाब रेजीमेंट के कमांडर नूं पत्र लिखा है। उन्होंने दसिया कि जसपाल सिंह की पत्नी बलजीत कौर नाल जाके सुखदेव सिंह ने संपर्क किया। उन्होंने दसिया कि जसपाल सिंह अते दो होर जंगी कैदी अजे भी ओमान जेल में
ਪੰਤ ਨੇ ਕਿ ਪਿੱਛੇ ਮੈਂ ਇੱਥੇ ਸੁਖਦੇਵ ਸਿੰਘ ਜੀ ਨਾਲ ਸਾਰੀ ਗੱਲਬਾਤ ਹੋਈ ਤਾਂ ਸਾਨੂੰ ਮਾੜਾ ਮੋਟਾ ਯਕੀਨ ਆਇਆ ਜਦੋਂ ਉਹਦੇ ਸੁਖਦੇਵ ਸਿੰਘ ਦੇ ਫੋਨ ਆਉਂਦੇ ਰਹੇ ਸਾਡੀ ਐਡੀ ਕੋਈ ਖਾਸ ਗੱਲਬਾਤ ਨਹੀਂ ਉਹਨਾਂ ਨਾਲ ਫੋਨ ਤੱਕ ਹੋਈ ਅਸੀਂ ਜਦੋਂ ਯਕੀਨ ਨਹੀਂ ਕਰਿਆ ਹੈਗਾ ਵੀ ਕਿਆ ਗੱਲ ਹੈ ਬਹੁਤ ਪਾਕਿਸਤਾਨ ਵਿੱਚ ਉੱਥੇ ਮਾਸਕਟ ਸੀਗਾ ਜਿਹੜੇ ਵਿੱਚ ਕਿੱਕਣ ਪਹੁੰਚ ਗਏ ਫਿਰ ਸੁਖਦੇਵ ਸਿੰਘ ਦੇ ਆਉਣ ਤੇ ਉਹਨੂੰ ਫੋਟੋ ਫੋਟੋ ਦਿਖਾਈ ਤੇ ਉਹ ਕਹਿੰਦਾ ਵੀ ਮਾੜੀ ਮੋਟੀ ਮੈਨੂੰ ਹੈ ਜਾਣਕਾਰੀ ਲੱਗੀ ਆ ਉਹਨਾਂ ਦੱਸਿਆ ਵੀ ਹੈਲਥ ਠੀਕ ਹੈ ਸਾਨੂੰ ਚੰਗੇ ਚੱਲਦੇ ਫਿਰਦੇ ਆ ਕੋਈ ਪ੍ਰੋਬਲਮ ਨਹੀਂ ਕਹਿੰਦੇ ਫੀਲਿੰਗ ਤਾਂ ਬਹੁਤ ਚੰਗੀ ਹੋਈ ਹੈ ਵੀ ਸਾਨੂੰ ਖੁਸ਼ੀ ਹੋਈ ਹੈ ਵੀ ਸਾਡੇ ਫਾਦਰ ਸਾਹਿਬ ਜਿੰਦਾ ਨੇ ਤੇ ਬਾਕੀ ਡਿਪਾਰਟਮੈਂਟ ਨੂੰ ਵੀ ਅਰਜੀਆਂ ਦਿੱਤੀਆਂ ਸੀ ਉਹ ਕਾਰਵਾਈ ਕਰ ਰਹੇ ਹੈ ਸੁਖਦੇਵ ਸਿੰਘ ਜੌਬ ਵੀਜ਼ੇ ਤੇ ਮਈ 2010 ਵਿੱਚ ਓਮਾਨ ਗਿਆ ਸੀ ਤੇ ਜੁਲਾਈ 2012 ਵਿੱਚ ਵਾਪਸ ਪਰਤਿਆ ਅਗਸਤ 2010 ਵਿੱਚ ਨੌਕਰੀ ਦੇ ਸਿਲਸਿਲੇ ਵਿੱਚ ਉਸ ਨੂੰ ਜੇਲ੍ਹ ਵਿੱਚ ਕਿਚਨ ਸਰਵਿਸ ਲਈ ਗਾਲਾ ਸਿਟੀ ਤੋਂ ਸ਼ਿਪ ਦੁਆਰਾ ਮਸੀਰਾ ਟਾਪੂ ਭੇਜਿਆ ਗਿਆ ਤੇ 10 ਦਿਨ ਉਹ ਉੱਥੇ ਰਿਹਾ ਸੁਖਦੇਵ ਸਿੰਘ ਮੁਤਾਬਕ ਉਸ ਨੂੰ ਪੰਜਾਬੀ ਜਾਣ ਕੇ ਸਿਪਾਹੀ ਜਸਪਾਲ ਸਿੰਘ ਨੇ ਗੁਪਤ ਤੌਰ ਤੇ ਉਸ ਨਾਲ ਸੰਪਰਕ ਕੀਤਾ ਤੇ ਆਪਣੇ ਪਰਿਵਾਰ ਬਾਰੇ ਦੱਸਿਆ ਮਸੀਰਾ ਜੇਲ੍ਹ ਵਿੱਚ ਕਰੀਬ 2500 ਕੈਦੀ ਨੇ ਸੁਖਦੇਵ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਉਸ ਨੂੰ 4 ਦਸੰਬਰ 1971 ਦਾ ਵਾਕਿਆ ਸੁਣਾਇਆ ਜਦੋਂ ਪਾਕਿਸਤਾਨ ਸੈਨਾ ਨੇ ਉਸ ਸਮੇਤ 15ਵੀਂ ਪੰਜਾਬ ਰੈਜੀਮੈਂਟ ਦੇ 5 ਵਿਅਕਤੀਆਂ ਨੂੰ ਫਿਰੋਜ਼ਪੁਰ ਸਰਹੱਦ ਤੋਂ ਫੜ ਲਿਆ ਸੀ ਉਹਨਾਂ ਨੂੰ 5-6 ਸਾਲ ਪਾਕਿਸਤਾਨ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਮਸੀਰਾ ਭੇਜ ਦਿੱਤਾ ਗਿਆ ਜਿਨ੍ਹਾਂ 'ਚੋਂ ਸਿਰਫ ਇੱਕ ਮੋਗਾ ਦਾ ਵਿਅਕਤੀ ਮਸੀਰਾ ਵਿੱਚ ਹੈ ਬਾਕੀਆਂ ਦਾ ਪਤਾ ਨਹੀਂ ਕਰਨਲ ਸੋਹੀ ਨੇ ਰੈਜੀਮੈਂਟ ਦੇ ਸਾਬਕਾ ਸੀਈਓ ਲੈਫਟੀਨੈਂਟ ਕਰਨਲ ਏਐਸ ਚੀਮਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ 3 ਦਸੰਬਰ 1971 ਨੂੰ ਹੁਸੈਨੀਵਾਲਾ ਬਾਰਡਰ ਤੇ ਦੁਸ਼ਮਣ ਦਾ ਹਮਲਾ ਹੋਇਆ ਸੀ ਜਿਸ ਵਿੱਚ ਕਈ ਫੌਜੀਆਂ ਦਾ ਕੁਝ ਪਤਾ ਨਹੀਂ ਲੱਗਾ ਬਿਊਰੋ ਰਿਪੋਰਟ ਡੇ ਐਂਡ ਨਾਈਟ ਨਿਊਜ਼ ਐਂਡ ਨਾਓ ਇਟਸ ਟਾਈਮ ਫਾਰ ਅਸ ਟੂ ਸਲਿਪ ਇਨਟੂ ਅ ਸ਼ਾਰਟ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਸਿੱਖਸ ਫਾਰ ਜਸਟਿਸ ਨੇ ਭਾਈ ਦਲਜੀਤ ਸਿੰਘ ਬਿੱਟੂ ਅਤੇ ਕੁਲਬੀਰ ਸਿੰਘ ਬੜਾ ਪਿੰਡ ਦੀ ਰਿਹਾਈ ਲਈ ਆਵਾਜ਼ ਕੀਤੀ ਬੁਲੰਦ